ਇਹ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਰੋਡ ਦੀਆਂ ਨੇ, ਜਿੱਥੇ ਨਸ਼ੇ 'ਚ ਧੁੱਤ ਇਹਨਾਂ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਮੋਬਾਈਲ ਖੋਹ ਕਰਨ ਦੀ ਕੋਸ਼ਿਸ਼। ਇਸ ਤੋਂ ਬਾਅਦ ਰੋਲਾ ਪੈ ਗਿਆ ਅਤੇ ਰੋਲਾ ਪੈਣ 'ਤੇ ਦੋ ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਧਰ ਇੱਕ ਨੌਜਵਾਨ ਉੱਥੋਂ ਭੱਜਣ ਵਿੱਚ ਫਰਾਰ ਹੋ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਜਾਂਚ ਦੀ ਕਾਰ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਸਰ, ਸ਼ਮਸ਼ਾਨ ਘਾਟ ਰੋਡ ਪੈਂਦਾ ਜੀ ਇਹ, ਦੁਗਰੀ ਲੈਟਾਂ ਵੱਲੋਂ ਜਦੋਂ ਆਪਾਂ ਜਾਂਦੇ ਹਾਂ ਠੇਕੇ ਦੇ ਸਾਹਮਣੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਨੂੰ ਮੌਕੇ 'ਤੇ ਦਬੋਚ ਲਿਆ, PCR ਪਹੁੰਚ ਗਿਆ ਇੱਥੇ ਅਤੇ ਹੁਣ ਆਪਾਂ ਨੂੰ ਥਾਣੇ ਲੈ ਕੇ ਚੱਲੇ ਹਾਂ ਅਤੇ ਜੋ ਵੀ ਬਣਦੀ ਕੁੰਮੀ ਕਾਰਵਾਈ ਲੱਗਦਾ। ਨਸ਼ਾ ਵੀ ਕੀਤਾ ਲੱਗਦਾ ਇਹਨਾਂ ਨੇ ਅਤੇ ਸ਼ਰਾਬ ਪੀਤੀ ਹੋਈ ਇੱਕ ਨੇ ਤਾਂ, ਅਤੇ ਹੁਣ ਆਪਾਂ ਜਾ ਕੇ ਮੈਡੀਕਲ ਕਰਾਉਣਾ। ਪਹਿਲਾਂ ਫੋਨ ਬਰਾਮਦ ਹੋ ਗਿਆ ਅਤੇ ਕੋਈ ਇੱਦਾਂ ਦਾ ਨਹੀਂ ਹੈਗਾ, ਮੌਕੇ 'ਤੇ ਫੜ ਲਏ ਸੀ ਆਪਾਂ ਇਹ। ਬੰਦ ਦੀ ਕਾਰਵਾਈ ਕੀਤੀ ਹੈ, ਦੋ ਜਣੇ ਨੇ ਇਹ, ਅਤੇ ਇਹਨਾਂ ਦਾ ਇੱਕ ਨਾਲ ਦਾ ਸੀ ਉਹ ਮੌਕੇ ਤੋਂ ਭੱਜ ਗਿਆ, ਨਹੀਂ ਕਾਬੂ ਹੋਇਆ। ਖੁਲਾਸੇ ਕਰਨ ਦੇ ਬਾਅਦ ਹੁਣ ਜਾ ਕੇ ਤਫਤੀਸ਼ ਕਰਦੇ ਹਾਂ ਜੀ ਇਹਨਾਂ ਦੀ।